ਦੇਸ਼ ਵਿਦੇਸ਼ ਦੀ ਧਰਤੀ ਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਦੀ 9 ਨੰਬਰ ਪੌੜੀ ਨਾਲ ਆਇਆ ਹੋਇਆ ਦੂਸਰਾ ਸਲੋਕ, ਜਿਸ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਆ, ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਇੱਥੇ ਇੱਕ ਹੋਰ ਕਰਮਕਾਂਡ ਦੀ ਗੱਲ ਕਰਦੇ ਆ। ਉਪੇ ਤਾਣਾ ਦਾ ਅਰਥ ਹੁੰਦਾ ਜੁੱਤੀ ਤੋਂ ਬਿਨਾਂ ਨੰਗੇ ਪੈਰੀ। ਬਹੁਤ ਲੋਕ ਕਿਸੇ ਧਾਰਮਿਕ ਅਸਥਾਨ ਵੱਲ ਜਾਂਦੇ ਹੈ ਜਾਂ ਪੱਕਾ ਹੀ ਪੈਰਾਂ 'ਚ ਜੋੜਾ ਲਾ ਕੇ ਉਹ ਕਹਿੰਦੇ ਜੇ ਅਸੀਂ ਨੰਗੇ ਪੈਰੀ ਰਹਿਣਾ, ਬਈ ਜੁੱਤੀ ਪਾਉਣੀ ਨਹੀਂ। ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਜਿਹੜਾ ਬਚਨ ਆਖਿਆ ਬੜਾ ਕਰੜਾ ਹੈ। ਜਗਤ ਵਿੱਚ ਇਹੋ ਜਿਹੇ ਕਰਮ ਕਰਨ ਵਾਲੇ ਮਨੁੱਖ ਨੂੰ ਬੜਾ ਸਤਿਕਾਰ ਮਿਲਦਾ ਵੀ ਇਹ ਵੇਖੋ ਜੀ, ਇਹ ਤਾਂ ਇਹਨਾਂ ਨੇ ਕਦੀ ਹਾੜ ਸਿਆਲ ਪੈਰੀਂ ਜੋੜਾ ਪਾਇਆ ਹੀ ਨਹੀਂ, ਇਹ ਤਾਂ ਨੰਗੇ ਪੈਰੀ ਰਹਿੰਦੇ। ਔਰ ਜੇ ਦਸਮ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹੋ ਤਾਂ ਉਹ ਕਹਿੰਦੇ ਆ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤਾ ਹੈ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤਾ ਹੈ। ਇਹਦਾ ਅਰਥ ਆ ਵੀ ਜਿਹੜੇ ਬਾਂਦਰ ਹੁੰਦੇ ਆ ਉਹ ਵਿਚਾਰੇ ਸਦੀਵ ਸਦਾ ਹੀ ਨੰਗੇ ਪੈਰੀ ਫਿਰਦੇ, ਉਹਨਾਂ ਕਿਹੜਾ ਕਦੀ ਜੁੱਤੀ ਪਾਈ ਹੈ। ਇਹ ਉਹਨਾਂ ਦਾ ਬਚਨ ਸ਼ੁਰੂ ਹੁੰਦਾ, ਘੁੱਗੂ ਮੱਟ ਬਾਸੀ ਫਿਰ ਡੋਲਤ ਉਦਾਸੀ। ਕਹਿੰਦੇ ਵੀ ਜਿਵੇਂ ਅਗਲੇ ਪਾਸੇ ਬਚਨ ਆਏਗਾ ਕਿ ਉੱਲੂ ਜਿਹੜਾ ਹੈ ਉਹ ਕਬਰਿਸਤਾਨ ਦੇ ਵਿੱਚ ਵਾਸਾ ਰੱਖਦਾ ਹੈ, ਔਰ ਇਸੇ ਤਰ੍ਹਾਂ ਖੂਕ ਮਲਹਾਰੀ ਜਿਹੜਾ ਖੋਤਾ ਹੈ ਉਹ ਹਮੇਸ਼ਾ ਰੇਤ ਦੇ ਵਿੱਚ ਮਿੱਟੀ ਵਿੱਚ ਲੇਟਦਾ ਹੈ, ਔਰ ਸੂਰ ਜਿਹੜਾ ਉਹ ਹਮੇਸ਼ਾ ਗੰਦਗੀ ਖਾਂਦਾ ਹੈ। ਖੂਕ ਮਲਹਾਰੀ ਗਜ ਗਧਾ ਵਿਭੂਤ ਧਾਰੀ, ਕਹਿੰਦੇ ਇਸ ਤਰ੍ਹਾਂ ਗਜ ਹਾਥੀ ਵੀ ਚੁੱਕ ਕੇ ਧੂੜ ਆਪਣੇ ਸਿਰ 'ਚ ਪਾਈ ਜਾਂਦਾ, ਗਧਾ ਵੀ ਜਿਹੜਾ ਹੈ ਉਹ ਰੇਤਾ ਵਿੱਚ ਲੇਟਦਾ ਹੈ, ਔਰ ਨਾਲ ਫਿਰ ਸੱਚੇ ਪਾਤਸ਼ਾਹ ਮਹਾਰਾਜ ਇੱਕ ਹੋਰ ਬਚਨ ਕਹਿੰਦੇ, ਕਹਿੰਦੇ ਜਿੰਨੇ ਵੀ ਦਰਖਤ ਨੇ ਉਹ ਹਰ ਵਕਤ ਮੋਨੀ ਰਹਿੰਦੇ, ਕਿਹੜਾ ਕੁਝ ਬੋਲਦੇ ਆ। ਤਾਂ ਇੱਥੇ ਜਿਹੜਾ ਬਚਨ ਆਖਿਆ, ਪੱਗ ਉਪੇ ਤਾਣਾ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਦਾ ਹੈ, ਕਹਿੰਦੇ ਉਹ ਹਮੇਸ਼ਾ ਨੰਗੇ ਪੈਰੀਂ ਵਿਚਾਰੇ ਤੁਰੇ ਫਿਰਦੇ ਆ, ਉਹਨਾਂ ਕੋਲ ਕਦੀ ਇਹ ਹੁੰਦਾ ਹੀ ਨਹੀਂ ਵੀ ਕੋ ਉਹਨਾਂ ਨੇ ਆਪਣੇ ਪੈਰੀਂ ਕੁਝ ਪਾਇਆ ਹੋਵੇ। ਜਗਤ ਵਿੱਚ ਜਿਨ੍ਹਾਂ ਕਰਮ ਕਾਂਡਾਂ ਨੂੰ ਬੜਾ ਸਲਾਹਿਆ ਗਿਆ, ਬੜੀ ਸਿਫਤ ਕੀਤੀ ਗਈ, ਮਹਾਰਾਜ ਨੇ ਗੁਰਬਾਣੀ ਅੰਦਰ ਉਹਨਾਂ ਚੀਜ਼ਾਂ ਦਾ ਖੰਡਨ ਕੀਤਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਵੱਡੀ ਬਾਤ ਥੋੜ੍ਹੀ, ਸਗੋਂ ਉਲਟੇ ਗੱਲ ਕਹੀ, ਆਪਣਾ ਕੀ ਆ ਕਮਾਉਣਾ। ਕਹਿੰਦੇ ਫਿਰ ਕੀ ਹੈ, ਆਪਣੇ ਕੋਈ ਇਹੋ ਜਿਹਾ ਮਤਲਬ ਮਾੜਾ ਕੰਮ ਕਰ ਬੈਠਾ ਪਿਛਲੇ ਸਮੇਂ ਅੰਦਰ ਵੀ ਇਹਨੂੰ ਹੁਣ ਮਾਲਕ ਨੇ ਜੁੱਤੀ ਵੀ ਨਸੀਬ ਨਹੀਂ ਹੋਈ, ਉਹਦੇ ਮਾਲਕ ਵੱਲੋਂ ਜੁੱਤੀ ਤੱਕ ਵੀ ਨਹੀਂ ਪੈਰਾਂ ਵਿੱਚ ਪਾਉਣ ਲਈ ਮਿਲੀ। ਫਿਰ ਕਹਿੰਦੇ ਅਲਮਲ ਖਾਈ ਸਿਰ ਸ਼ਾਈ ਪਾਈ, ਕਹਿੰਦੇ ਗੰਦੀਆਂ ਚੀਜ਼ਾਂ ਖਾ ਕੇ ਸਿਰ ਵਿੱਚ ਸਵਾਹ ਪਾ ਲਈ ਵੀ ਮੈਂ ਵਿਭੂਤੀ ਪਾਈ ਹੈ, ਜਟਾਵਾਂ ਬਣਾ ਲਈਆਂ ਇਸ ਤਰੀਕੇ ਨਾਲ। ਮੂਰਖ ਅੰਧੇ ਪੱਤ ਗਵਾਈ, ਕਹਿੰਦੇ ਫਿਰ ਇਸ ਮੂਰਖ ਨੇ ਆਪਣੀ ਪੱਤ ਜਿਹੜੀ ਹੈ ਉਹ ਗਵਾ ਲਈ, ਪੈਰਾਂ ਤੋਂ ਨੰਗਾ ਫਿਰਦਾ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ। ਸੁੱਚਾ ਚੰਗਾ ਭੋਜਨ ਛੱਡ ਕੇ ਜੂਠਾ ਮਿੱਠਾ ਖਾਂਦਾ ਅਤੇ ਸਿਰ ਵਿੱਚ ਸਵਾਹ ਪਾ ਰੱਖੀ ਹੈ,
ਅਗਿਆਨੀ ਮੂਰਖ ਨੇ ਇਸ ਤਰ੍ਹਾਂ ਆਪਣੀ ਪੱਤ ਗਵਾ ਲਈ। ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਉੱਦਮ ਪ੍ਰਵਾਨ ਹੈ ਹੀ ਨਹੀਂ। ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧਾ ਹੈ ਪੱਤ ਗਵਾਈ, ਵਿਣ ਨਾਮ ਹੈ ਕਿਛ ਥਾਂ ਨਾ ਪਾਈ। ਨਾਮ ਤੋਂ ਬਿਨਾਂ ਜੋ ਕੁਝ ਮਰਜ਼ੀ ਕਰਦਾ ਰਹੇ, ਮਰਜ ਕਹਿੰਦੇ ਥਾਂ ਨਹੀਂ ਪੈਂਦਾ। ਰਹੇ ਬੇਬਾਣੀ ਮੜੀ ਮਸਾਣੀ, ਕਹਿੰਦੇ ਫਿਰ ਅੰਨਾ ਮੂਰਖ ਉਜਾੜਾਂ ਵਿੱਚ ਮੜੀਆਂ ਵਿੱਚ ਰਹਿੰਦਾ। ਅੰਧ ਨਾ ਜਾਣੇ ਫਿਰ ਪਛਤਾਣੀ, ਅਤੇ ਰੱਬ ਦਾ ਰਸਤਾ ਨਹੀਂ ਸਮਝਦਾ ਅਤੇ ਮਾਲਕ ਦੇ ਘਰ ਜਦੋਂ ਜਾਂਦਾ ਫਿਰ ਪਛਤਾਉਣਾ ਪੈਂਦਾ ਵੀ ਮੈਂ ਸਾਰੀ ਜ਼ਿੰਦਗੀ ਕਿਹੜੇ ਪਾਸੇ ਕੱਢ ਦਿੱਤੀ। ਫਿਰ ਮਹਾਰਾਜ ਅਖੀਰ 'ਤੇ ਕਹਿੰਦੇ ਸਤਿਗੁਰ ਭੇਟੇ ਸੋ ਸੁੱਖ ਪਾਏ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਨਾ, ਅਸਲੀ ਸੁੱਖ ਉਹੀ ਮਾਣਦਾ। ਸਤਿਗੁਰ ਭੇਟੇ, ਪੂਰੇ ਗੁਰੂ ਨਾਲ ਮਿਲਾਪ ਹੋ ਗਿਆ। ਹਰ ਕਾ ਨਾਮ, ਕਹਿੰਦੇ ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਆਪਣੇ ਮਨ ਵਿੱਚ ਵਸਾ ਲਵੇ। ਹਰ ਕਾ ਨਾਮ ਮਨ ਵਸਾਏ, ਕਹਿੰਦੇ ਉਹ ਹਰੀ ਦਾ ਨਾਮ ਆਪਣੇ ਮਨ ਵਿੱਚ ਵਸਾਵੇ। ਹਰ ਕਾ ਨਾਮ ਮਨ ਵਸਾਏ, ਆਸ ਅੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ। ਫਿਰ ਗੁਰੂ ਵੀ ਉਸ ਨੂੰ ਮਿਲਦਾ, ਉਸ ਉੱਤੇ ਆਪ ਦਤਾਰ ਮਿਹਰ ਦੀ ਨਜ਼ਰ ਕਰਦਾ ਹੈ। ਕਹਿੰਦੇ ਮਾਲਕ ਆਪ ਹੀ, ਨਾਨਕ ਨਦਰ ਕਰੇ ਸੋ ਪਾਏ, ਜਿਹਦੇ ਉੱਤੇ ਉਹਨੇ ਮਾਲਕ ਨੇ ਨਦਰ ਕੀਤੀ ਉਹ ਪਾਉਂਦਾ ਹੈ, ਉਹਦੀ ਨਦਰ ਸਦਕਾ। ਫਿਰ ਆਸ ਅੰਦੇਸੇ, ਕਹਿੰਦੇ ਉਹ ਸੰਸਾਰ ਦੀਆਂ ਆਸਾਂ ਅਤੇ ਫਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦਿੰਦਾ ਹੈ। ਆਸ ਅੰਦੇਸੇ ਤੇ ਨਿਹ ਕੇਵਲ, ਕਹਿੰਦੇ ਆਸਾਂ ਅਤੇ ਅੰਦੇਸੇ ਜਿਹੜੇ ਨੇ, ਇਹਨਾਂ ਚੀਜ਼ਾਂ ਵਿੱਚੋਂ ਬਾਹਰ ਨਿਕਲ ਕੇ, ਨਿਹ ਕੇਵਲ ਦਾ ਅਰਥ ਹੈ ਅਸ਼ੋਹ ਹੋ ਗਿਆ, ਨਿਰਲੇਪ ਹੋ ਗਿਆ। ਆਸ ਅੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ, ਕਹਿੰਦੇ ਫਿਰ ਉਹਨੇ ਹਉਮੈ ਦਾ ਆਪਣੇ ਅੰਦਰੋਂ ਸ਼ਬਦ ਦੇ ਦੁਆਰਾ ਹਉਮੈ ਨੂੰ ਸਾੜ ਦਿੱਤਾ। ਹੁਣ ਇਸ ਸਲੋਕ ਦੇ ਵਿੱਚ ਮਹਾਰਾਜ ਨੇ ਜਿੰਨੇ ਕਰਮ ਕਾਂਡਾਂ ਦੀ ਗੱਲ ਕੀਤੀ ਹੈ, ਤੁਸੀਂ ਆਪਣੇ ਚੁਗਿਰਦੇ ਆਲੇ ਦੁਆਲੇ, ਪਿੰਡ, ਨਗਰ, ਸ਼ਹਿਰ, ਕਿਤੇ ਵੀ ਥਾਂ ਧਿਆਨ ਮਾਰ ਕੇ ਵੇਖਣਾ ਬਈ ਵਾਕਈ ਜਿਹੜੇ ਕਰਮ ਕਾਂਡਾਂ ਨੂੰ ਅਸੀਂ ਲੋਕ ਬੜੀ ਤਰਜੀਹ ਦਿੰਦੇ ਹਾਂ, ਅਸੀਂ ਬੜਾ ਸਲਾਹੁੰਦੇ ਹਾਂ, ਜਿਹੜੇ ਕਰਮ ਕਾਂਡਾਂ ਕਰਕੇ ਅਸੀਂ ਕੁਝ ਸਰੀਰਾਂ ਦੀ ਪੂਜਾ ਕਰਨ ਤੱਕ ਜਾਂਦੇ, ਉਹਨਾਂ ਨੂੰ ਮੱਥਾ ਟੇਕਦੇ ਹਾਂ, ਤੁਸੀਂ ਜੀ ਵਸਤਰ ਨਹੀਂ ਧਾਰਨ ਕਰਦੇ, ਤੁਸੀਂ ਜੀ ਪੈਰੀਂ ਜੋੜਾ ਨਹੀਂ ਪਾਉਂਦੇ, ਇਹ ਤਾਂ ਜੀ ਰੋਟੀ ਨਹੀਂ ਖਾਂਦੇ, ਇਸ ਤਰ੍ਹਾਂ ਦਾ ਵੀ ਸ਼ਬਦ ਹੈ। ਕਿਉਂਕਿ ਮਹਾਰਾਜ ਨੇ ਬਚਨ ਵਰਤਿਆ ਨਾ, ਅੰਨ ਨਾ ਖਾਇਆ, ਅਤੇ ਹੁਣ ਇਹ ਤਾਂ ਗੱਲ ਹੋ ਗਈ ਵੀ ਅੰਨ ਨਹੀਂ ਖਾਂਦਾ ਜੀ, ਇਹ ਕੀ ਕਰਦਾ ਹੈ? ਮਹਾਰਾਜ ਕਹਿੰਦੇ ਜੱਗ ਮੈਂ ਬਖਤੇ ਦੁੱਧਾ ਧਾਰੀ, ਵੀ ਇਹ ਤਾਂ ਕੇਵਲ ਦੁੱਧਾ ਧਾਰੀ ਜੀ, ਇਹ ਤਾਂ ਦੁੱਧ ਹੀ ਪੀਂਦਾ, ਹੋਰ ਕੁਝ ਨਹੀਂ ਖਾਂਦਾ। ਫਿਰ ਹੁਣ ਦੁੱਧ ਤਾਂ ਸਫੈਦ ਹੈ, ਤੇਰੇ ਕਰਮ ਵੀ ਸਫੈਦ, ਜਿਹੜੀ ਚੀਜ਼ ਹੈ ਚਿੱਟਾ ਹੋਣਾ ਚਾਹੀਦਾ, ਵੀ ਭਾਵ ਰੰਗ ਨਹੀਂ, ਕਰਮ ਤੇਰੇ ਚੰਗੇ ਹੋਣੇ ਚਾਹੀਦੇ, ਉਹ ਹੈ ਨਹੀਂ। ਉਹ ਆਉਂਦਾ ਜੀ ਇਹ ਦੁੱਧ ਹੀ ਪੀਂਦਾ, ਇਹ ਹੋਰ ਨਹੀਂ ਕੁਝ ਖਾਂਦਾ ਪੀਂਦਾ। ਤਾਂ ਮਹਾਰਾਜ ਕਹਿੰਦੇ ਆ ਵੀ ਜੇ ਜਿਹੜੀ ਲੋਕਾਂ ਦੀ ਜ਼ਮੀਨ ਦੱਬੀ ਬੈਠਾ, ਕਿਸੇ ਦਾ ਹੱਕ ਖਾਈ ਬੈਠਾ, ਗੁਪਤੀ ਖਾਵੇਂ ਵਟਕਾ ਸਾਰੀ, ਕਿਸੇ ਦਾ ਹੱਕ ਮਾਰ ਕੇ ਬੈਠਾ ਹੈ, ਕਿਸੇ ਦਾ ਪਲਾਟ ਦੱਬ ਕੇ ਬੈਠਾ ਹੈ, ਅਤੇ ਉਂਝ ਕਹਿੰਦਾ ਜੀ ਮੈਂ ਦੁੱਧ ਹੀ ਪੀਂਦਾ ਬਸ, ਹੋਰ ਕੁਝ ਖਾਂਦਾ ਤਾਂ ਹੈ ਨਹੀਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਤਾਂ ਬੰਦੇ ਖਾਂਦਾ, ਮਲਕ ਭਾਗੋ ਨੂੰ ਵੀ ਉਹਦੇ ਮਾਲ ਪੂੜਿਆਂ 'ਚੋਂ ਜੇ ਖੂਨ ਦੀ ਧਾਰਾ ਦੀ ਗੱਲ ਕੀਤੀ ਨਾ, ਦਿਖਾਈ ਆ, ਤੂੰ ਇਹੋ ਹੀ ਸੀ ਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੂੰ ਹੜੱਪ ਰਿਹਾ, ਧੱਕੇ ਨਾਲ ਲੋਕਾਂ ਨੂੰ ਲਾ ਕੇ ਕੰਮ ਕਰਾਉਣਾ, ਗਰੀਬਾਂ ਗੁਰਬਿਆਂ ਨੂੰ ਧੱਕੇ ਨਾਲ ਉਹਨਾਂ ਤੋਂ ਟੈਕਸ ਵਸੂਲਦਾ, ਮਾਲੀਆ ਭਰਾਉਂਦੇ ਹੋ, ਇਹ ਉਹਨਾਂ ਦੀ ਤੁਸੀਂ ਰਤਨ ਚੋੜੀ ਹੋਈ ਹੈ, ਔਰ ਇਹ ਤੇਰੇ ਕੀਤੇ ਹੋਏ ਭੰਡਾਰੇ ਲੰਗਰ, ਇਹ ਥਾਂ ਨਹੀਂ ਪੈਣੇ। ਇਹਦੇ ਵਿੱਚ ਤਾਂ ਗਰੀਬਾਂ ਦੀਆਂ ਚੀਕਾਂ ਅਤੇ ਆਹਾਂ ਨੇ, ਬਦਦੁਆਵਾਂ ਨੇ, ਇਹਦੇ ਨਾਲ ਤੇਰਾ ਮਲਕ ਭਾਗੋ ਭਲਾ ਨਹੀਂ ਹੋ ਸਕਦਾ। ਤਾਂ ਹੀ ਤੈਨੂੰ ਆਖਿਆ ਭਾਈ ਲਾਲੋ ਦੀ ਸੁੱਕੀ ਕੋਧਰੇ ਦੀ ਰੋਟੀ ਵੀ ਚੰਗੀ ਲੱਗਦੀ ਹੈ, ਕਿਉਂਕਿ ਉਹਦੀ ਇਹ ਦਸਾਂ ਨਹੁੰਆਂ ਦੀ ਕਿਰਤ ਹੈ, ਔਰ ਇਸ ਦਸਾਂ ਨਹੁੰਆਂ ਦੀ ਕਿਰਤ ਦੇ ਵਿੱਚੋਂ ਦੁੱਧ ਦੀ ਧਾਰਾ ਪਈ ਵਹਿੰਦੀ ਹੈ, ਕਿਉਂਕਿ ਉਹਨੇ ਕਿਸੇ ਦਾ ਹੱਕ ਨਹੀਂ ਮਾਰਿਆ। ਤਾਂ ਮਹਾਰਾਜ ਕਹਿੰਦੇ ਅਗਿਆਨਤਾ ਵਾਸੋ ਇਹੋ ਜਿਹੇ ਕਰਮਾਂ ਦੇ ਵਿੱਚ ਸਿਰ ਵਿੱਚ ਸਵਾਹ ਪਾ ਲੈਣੀ, ਜਟਾਵਾਂ ਬਣਾ ਲੈਣੀਆਂ,
ਇਹੋ ਜਿਹਾ ਕੁਝ ਕਰਦੇ ਆ ਬੰਦੇ। ਅਤੇ ਉਹ ਕਹਿੰਦੇ ਜੀ ਬੜੇ ਜਟਾਧਾਰੀ ਆ, ਖਲੋਤਿਆਂ ਦੀਆਂ ਧਰਤੀ 'ਤੇ ਲੱਗਦੀਆਂ, ਐਸਾ ਕੁਝ, ਇਹੋ ਜਿਹੀਆਂ ਚੀਜ਼ਾਂ ਨੂੰ ਬੜੀ ਤਰਜੀਹ ਦਿੰਦੇ ਆ। ਹਮੇਸ਼ਾ ਤੁਸੀਂ ਵੇਖੋਗੇ ਜਿਹੜੇ ਕੇਸਾਂ ਨੂੰ ਕੰਘਾ ਨਾ ਕੀਤਾ ਜਾਏ, ਵਾਹਿਆ ਨਾ ਜਾਏ, ਜੁੜੇ ਹੀ ਰਹਿਣ, ਐਸਾ ਕੁਝ ਆ, ਕਦੀ ਵਾਹੁੰਦੇ ਨਹੀਂ ਕਰਦੇ ਨਹੀਂ, ਉਹ ਫਿਰ ਇਸ ਤਰ੍ਹਾਂ ਹੀ ਵਧੀ ਜਾਂਦੇ ਆ। ਅਤੇ ਇੱਕ ਬਚਨ ਕਿਹਾ ਫਿਰ ਦਸਮ ਪਾਤਸ਼ਾਹ ਨੇ, ਉਹ ਕਹਿੰਦੇ ਵੀ ਜੇ ਤੁਸੀਂ ਵੀ ਜਟਾਵਾਂ ਬੜੀਆਂ ਲੰਬੀਆਂ ਅਤੇ ਬਹੁਤ ਵੱਡਾ ਮਹਾਤਮਾ, ਕਹਿੰਦੇ ਬੋਰਡ ਦੀਆਂ ਬੜੀਆਂ ਲੰਬੀਆਂ ਲੰਬੀਆਂ ਜਟਾਵਾਂ ਹੁੰਦੀਆਂ, ਫਿਰ ਸਭ ਨਾਲੋਂ ਵੱਡਾ ਬਾਬਾ ਤਾਂ ਉਹ ਹੋ ਗਿਆ। ਇਸੇ ਕਰਕੇ ਇਹਨਾਂ ਕਰਮ ਕਾਂਡਾਂ ਨੂੰ ਪੂਜਣ ਦੀ ਥਾਂ 'ਤੇ ਜੇ ਮਾਲਕ ਦੀ ਇਬਾਦਤ ਪੱਲੇ ਨਹੀਂ ਤਾਂ ਸਾਹਿਬ ਕਹਿੰਦੇ ਜੀਵਨ ਗਵਾਰਿਆ, ਹੋਰ ਕੁਝ ਨਹੀਂ। ਅਤੇ ਜਿਨ੍ਹਾਂ ਉੱਤੇ ਮਾਲਕ ਨੇ ਕਿਰਪਾ ਕੀਤੀ ਉਹ ਸਭ ਆਸ ਅੰਦੇਸ਼ੇ ਛੱਡ ਕੇ ਮਾਲਕ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜਦੇ ਆ। ਅਤੇ ਕਰਮ ਕਾਂਡਾਂ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈਂ, ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਜਿਤ ਛੂਟੈਂ। ਫਿਰ ਉਹਦੀ ਕੀਰਤੀ ਵਿੱਚ ਜੁੜਦੇ ਆ ਵੀ ਇਹ ਤਾਂ ਪਖੰਡ ਤਾਂ ਰਸਤੇ 'ਚ ਲੁੱਟਿਆ ਜਾਣਾ। ਮਾਲਕ ਮਿਹਰ ਕਰੇ ਕਰਮ ਕਾਂਡਾਂ 'ਚੋਂ ਬਾਹਰ ਨਿਕਲ ਕੇ ਅਸਲ ਦਾ ਜੀਵਨ ਤੱਤ ਦਾ ਜਿਹੜਾ ਸਾਡਾ ਹਿੱਸਾ ਬਣੇ, ਤਾਂ ਕਿ ਜੀਵਨ ਪ੍ਰਵਾਨ ਚੜ੍ਹ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।